ਹਾਂਜੀ ਦੋਸਤੋ, ਕਿਵੇਂ ਸਾਰੇ? ਆਪਣੇ ਕੋਲ ਨਾ ਪਰਫੈਕਟ ਓਕੇਰੀਅਮ ਸੈੱਟ ਆਇਆ ਹੋਇਆ 5-in-1 ਦਾ, ਅਤੇ ਇਹ ਤੁਸੀਂ ਦੇਖ ਸਕਦੇ ਹੋ। ਮੂਹਰੋਂ ਇਹ ਬੈਂਡਿੰਗ ਗਲਾਸ ਆ, ਕੰਪਨੀ ਮੇਡ ਨੇ ਜੀ। ਮੂਹਰੇ ਫਰੰਟ 'ਤੇ ਇਹਦੇ ਕੋਈ ਜੋੜ ਨਹੀਂ ਹੈਗਾ ਗਾ, ਬੈਂਡ ਹੋਇਆ ਗਲਾਸ। ਅਤੇ ਇਹ ਇੱਕ ਆਪਾਂ ਨੇਚਰ ਟਾਈਪ ਇੱਕ ਸੈਟਅਪ ਕਰਕੇ ਰੱਖਿਆ, ਬਿਲਕੁਲ ਨੈਚੁਰਲ ਲੁੱਕ ਦਿੱਤੀ ਹੈਗੀ ਇਹਨੂੰ ਆਪਾਂ ਨੇ। ਇਹ ਰੋਕਸ ਰੱਖੇ ਹੈਗੇ, ਇਹ ਆਪਾਂ ਇਹਨਾਂ ਨੇ ਰਿਵਲ ਸੈਂਡ ਪਾਈ ਹੈ ਇਸ ਦੇ ਵਿੱਚ, ਅਤੇ ਪਲਾਂਟਸ ਵੀ ਆਪਾਂ ਇਹਦੇ ਵਿੱਚ ਉੱਦਾਂ ਦੇ ਯੂਜ਼ ਕੀਤੇ ਨੇ ਜਿੱਦਾਂ ਬਿਲਕੁਲ ਅਸਲੀ ਪਲਾਂਟਸ ਹੁੰਦੇ ਨੇਗੇ। ਓਰੀਜਨਲ ਪਲਾਂਟਸ ਦੀ ਇਹਨੂੰ ਆਪਾਂ ਲੁੱਕ ਦਿੱਤੀ ਆ। ਇਹ ਰੋਕਸ ਨੇ ਜੀ ਦੇਖੋ, ਜਿਨ੍ਹਾਂ ਦੇ ਵਿੱਚ ਇਹ ਸਪੇਸ ਹੈਗੀ, ਦੇਖੋ ਬਿਲਕੁਲ ਓਰੀਜਨਲ ਲੁੱਕ ਦਿੱਤੀ ਹੈ ਇਹਨਾਂ ਨੂੰ, ਜਿਸ ਤਰ੍ਹਾਂ ਕੋਈ ਐਮਾਜ਼ੋਨ ਦੇ ਜੰਗਲ ਦੇ ਵਿੱਚ ਆਪਾਂ ਦੇਖ ਰਹੇ ਹੁੰਦੇ ਹਾਂ ਨਾ, ਇੱਦਾਂ ਦੀ ਲੁੱਕ ਦਿੱਤੀ ਆ। ਅਤੇ ਇਹ ਸਾਰਿਆਂ ਨਾਲ ਵੱਡਾ ਜੀ, ਇਹਦਾ 24 ਇੰਚ ਦਾ ਸਾਈਜ਼ ਹੈਗਾ 2 ਫਿੱਟ ਦੀ ਲੈਂਥ ਦੇ ਵਿੱਚ। ਅਤੇ ਇੱਕ ਤੁਹਾਨੂੰ ਇਹ ਦੂਸਰਾ ਹੈਗਾ ਗਾ 20 ਇੰਚ ਦੇ ਵਿੱਚ ਹੈਗਾ ਇਹ। ਅਤੇ ਨਾਲ ਇਸਦੇ ਅਸੀਂ ਹੁਣ ਦੂਸਰੇ ਛੋਟੇ ਸੈਟਅਪ ਕਰਕੇ ਰੱਖੇ ਨੇਗੇ। ਅਤੇ ਇਹ ਆ ਗਿਆ 16 ਇੰਚ ਦੀ ਲੈਂਥ ਦੇ ਵਿੱਚ, ਇਹ ਆ ਗਿਆ ਜੀ ਆਪਣਾ 15 ਇੰਚੀ। ਉਸ ਤੋਂ ਫਿਰ ਛੋਟਾ ਸਾਈਜ਼ ਆ ਗਿਆ। ਐਡਾ ਕੁ ਸੈੱਟ ਤੁਸੀਂ ਆਪਣੇ ਕਾਊਂਟਰ ਦੇ ਉੱਤੇ ਸ਼ੋਪ ਦੇ ਲਾ ਲਓ, ਆਫਿਸ ਦੇ ਵਿੱਚ ਲਾ ਲਓ, ਕਿਤੇ ਵੀ ਹੈ ਨਾ, ਛੋਟਾ ਸਾਈਜ਼ ਮੰਗਦੇ ਆ ਕਰੀਮ ਦਾ ਬੈਂਡਿੰਗ ਗਲਾਸ ਦੇ ਵਿੱਚ। ਦੇਖੋ ਲੁੱਕ ਦੇਖੋ ਇਹਨਾਂ ਦੀ, ਬਹੁਤ ਹੀ ਪਿਆਰੀ ਲੁੱਕ ਆ ਗਈ। ਮੂਹਰੋਂ ਫਰੰਟ ਇਹਦਾ ਜੋੜ ਨਹੀਂ ਹੈਗਾ ਜੀ, ਦੇਖੋ ਇਹਦੇ ਬੈਂਡ ਹੋਇਆ ਹੋਇਆ ਗਲਾਸ ਹੈਗਾ। ਅਤੇ ਕਿਤੇ ਵੀ ਤੁਸੀਂ ਆਫਿਸ ਵਗੈਰਾ ਦੇ ਵਿੱਚ ਸੈੱਟ ਕਰ ਸਕਦੇ ਹੋ ਛੋਟੇ ਸੈੱਟ ਨੂੰ। ਇਹ ਸਾਰਾ ਮਟੀਰੀਅਲ ਵਿੱਦ ਅਸੀਂ ਨਾਲ ਦੇ ਰਹੇ ਹਾਂ, ਜੇ ਕਿਸੇ ਨੇ ਇਕੱਲਾ ਅਕੇਰੀਅਮ ਲੈਣਾ ਹੋਊਗਾ ਤਾਂ ਉਹ ਵੀ ਦੇ ਦਾਂਗੇ ਅਸੀਂ ਖਾਲੀ।